Dear hey students welcome back again our today's topic is merits uses advantages of core curriculum jehda pramukh pathkarm hai ohde sanu kide kide laabh ne ya ohde kide kide gun ne first hai essential learning zaruri sikhna jehda core curriculum oh is gal nu mahatva dinda hai ki sare vidyarthi ik sanje te jehda zaruri sikhna ais tarah da oh jehda experience oh grahan karan jehda ke ਵਿਦਿਆਰਥੀਆਂ ਦੇ ਲਈ ਸੋਸਾਇਟੀ ਦੇ ਵਿੱਚ ਇਫੈਕਟਿਵ ਢੰਗ ਦੇ ਨਾਲ ਕੰਮ ਕਰਨ ਦੇ ਲਈ ਜ਼ਰੂਰੀ ਹੈ ਨੈਕਸਟ ਦੇ ਪ੍ਰੋਵਾਈਡਸ ਨੋਲਜ ਅਬਾਊਟ ਵੇਰੀਅਸ ਸਬਜੈਕਟਸ ਇਹ ਸਾਨੂੰ ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਵਿਸ਼ੇ ਨੇ ਉਹਨਾਂ ਬਾਰੇ ਵੀ ਜਿਹੜੀ ਨੋਲਜ ਆ ਪ੍ਰੋਵਾਈਡ ਕਰਦਾ ਹੈ ਤੇ ਵਿਦਿਆਰਥੀਆਂ ਨੂੰ ਇੱਕ ਉਹਨਾਂ ਦੇ ਜਿਹੜੇ ਆਲ ਰੌਂਡ ਡਿਵੈਲਪਮੈਂਟ ਹੈ ਉਹ ਵੀ ਕਰਦਾ ਹੈ ਜਿਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਵਿਸ਼ਾ ਬਾਰੇ ਜਾਣਕਾਰੀ ਹੈ ਉਹ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਦੀ ਜਿਹੜੀ ਸਹੀ ਪਰਸਨੈਲਿਟੀ ਹੈ ਉਹਦੀ ਵੀ ਡਵੈਲਪਮੈਂਟ ਹੋ ਸਕੇ ਇਟ ਇਨਕਲੂਡਸ ਮੈਨੀ 엘ਿਮੈਂਟਸ ਵਿਚ ਆਰ ਅਸੈਂਸ਼ੀਅਲ ਫਾਰ ਗੁੱਡ ਸਿਟੀਜ਼ਨਸ਼ਿਪ ਮੀਨਸ ਇਹਦੇ ਵਿੱਚ ਬਹੁਤ ਸਾਰੇ ਜਿਹੜੇ 엘ਿਮੈਂਟਸ ਨੇ ਉਹਨਾਂ ਬਾਰੇ ਪੜਾਇਆ ਜਾਂਦਾ ਹੈ ਦੱਸਿਆ ਜਾਂਦਾ ਹੈ ਜਿਹੜੇ ਕਿ ਸਾਨੂੰ ਇੱਕ ਜਾਂ ਵਿਦਿਆਰਥੀ ਦੇ ਲਈ ਚੰਗੇ ਨਾਗਰਿਕ ਬਣਨ ਦੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਹੁਣ ਜਿਵੇਂ ਕਿ ਸਾਨੂੰ ਜਿਹੜੀ ਲੈਂਗੁਏਜ ਸਕਿਲ ਚਾਹੀਦੀਆਂ ਨੇ ਸਾਨੂੰ ਮੈਥਸ ਬਾਰੇ ਜਿਹੜੇ ਬੇਸਿਕ ਨੋਲੇਜ ਆ ਉਹ ਹੋਣੀ ਚਾਹੀਦੀ ਹੈ ਤੇ ਬੇਸਿਕ ਜਿਹੜੀ ਸਾਇੰਸ ਦੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ ਤੇ ਜਿਹੜੀ ਸੋਸਾਇਟੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ ਬਾਰੇ ਸਾਨੂੰ ਜਿਹੜੀ ਬੇਸਿਕ ਅਵੇਅਰਨੈਸ ਉਹ ਹੋਣੀ ਚਾਹੀਦੀ ਹੈ ਮੀਨਸ ਇਹਨਾਂ ਬਾਰੇ ਜਿਹੜਾ ਸਾਨੂੰ ਇਹ ਬੇਸਿਕ ਨੋਲੇਜ ਆ ਉਹ ਪ੍ਰੋਵਾਈਡ ਕਰਦਾ ਹੈ ਜਿਸ ਨਾਲ ਇੱਕ ਜਿਹੜਾ ਵਿਦਿਆਰਥੀ ਹੈ ਵਿਅਕਤੀ ਹੈ ਉਹ ਚੰਗਾ ਨਾਗਰਿਕ ਬਣ ਸਕਦਾ ਹੈ ਕਰੀਏਟਸ ਇੰਟਰਸਟ ਇਨ ਸਟਡੀ ਇਹੇ ਬੱਚਿਆਂ ਨੂੰ ਉਹ ਗਿਆਨ ਉਹ ਨੋਲਿਜ ਪ੍ਰੋਵਾਈਡ ਕਰਦਾ ਹੈ ਜੋ ਉਹਨਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ 에ਸੈਂਸ਼ੀਅਲ ਹੁੰਦੀ ਹੈ ਤੇ ਇਹਦੇ ਨਾਲ ਜਿਹੜੇ ਵਿਦਿਆਰਥੀ ਜਦੋਂ ਪੜਾਇਆ ਜਾਂਦਾ ਹੈ ਤਾਂ ਉਹਨਾਂ ਦੀ ਪੜਨ ਦੇ ਵਿੱਚ ਜਿਹੜੀ ਰੁਚੀ ਹੈ ਜਿਹੜਾ ਉਹਨਾਂ ਦਾ ਇੰਟਰਸਟ ਹੈ ਉਹ ਕ੍ਰੀਏਟ ਹੁੰਦਾ ਹੈ ਓਪਰਚ्युनिटी ਟੂ ਲਰਨ ਸਕਿਲਸ ਅਗਲਾ ਜਿਹੜਾ ਗੁਣਾ ਹੈ ਕੋਰ ਕਰਿਕੂਲਮ ਦਾ ਇਹ ਹੈ ਕਿ ਇਹ ਬੱਚਿਆਂ ਨੂੰ ਮੌਕੇ ਦਿੰਦਾ ਹੈ ਕਿ ਉਹ ਜਿਹੜੀਆਂ ਅਲੱਗ-ਅਲੱਗ ਸਕਿਲਸ ਨੇ ਉਹਨਾਂ ਦੇ ਆਪਣੇ ਵਿੱਚ ਜਿਹੜੀ ਡਿਵੈਲਪਮੈਂਟ ਉਹ ਕਰ ਸਕਣ ਜਿਸ ਦੇ ਨਾਲ ਉਹ ਆਪਣੀਆਂ ਲੋੜਾਂ ਦਾ ਵੀ ਧਿਆਨ ਰੱਖ ਸਕਣਗੇ ਤੇ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਆਉਣਗੀਆਂ ਉਹ ਇਹਨਾਂ ਸਕਿੱਲਸ ਦੇ ਬੇਸ ਦੇ ਉੱਪਰ ਉਹ ਸੋਲਵ ਵੀ ਕਰ ਸਕਣਗੇ ਨੈਕਸਟ ਹੈ ਰਿਡਿਊਸ ਅਡਲਟ ਚਾਈਲਡ ਕਨਫਲਿਕਟਸ ਇਹ ਜਿਹੜਾ ਕੋਰ ਕਰਿਕੂਲਮ ਹੈ ਇਹ ਬਾਲਗ ਬੱਚਾ ਦੇ ਜਿਹੜੇ ਕਨਫਲਿਕਟਸ ਨੇ ਕਨਫਲਿਕਟ ਹੁੰਦਾ ਮੀਨਸ ਵੀ ਕਿਸੇ ਗੱਲ ਤੇ ਜਿਹੜੀ ਐਗਰੀ ਐ ਨਾ ਹੋਣਾ ਇਹ ਉਸ ਚੀਜ਼ ਨੂੰ ਕੱਟ ਕਰਦਾ ਹੈ ਮੀਨ ਜਿਹੜੇ ਕਨਫਲਿਕਟਸ ਨੇ ਝਗੜੇ ਨੇ ਇਹ ਉਹਨਾਂ ਨੂੰ ਘਟਾਉਂਦਾ ਏ ਨੈਕਸਟ ਹੈ ਰਿਡਿਊਸਸ ਸਟ्रेस ਇਹ ਤਣਾਅ ਨੂੰ ਵੀ ਘਟ ਕਰਦਾ ਏ ਜਿਹੜਾ ਕੋਰ ਕਰਿਕੂਲਮ ਹੈ ਕਿਉਂਕਿ ਇਹ ਬੱਚਿਆਂ ਨੂੰ ਉਕਾਊ ਪਣ ਤੋਂ ਬਚਾਉਂਦਾ ਏ ਮੀਨਸ ਬੱਚੇ ਅੱਕਦੇ ਨਹੀਂ ਇਸ ਕਰਕੇ ਬੱਚੇ ਕਿਸੇ ਵੀ ਤਰ੍ਹਾਂ ਦੇ ਜਿਹੜਾ ਸਟ्रेस ਆ ਉਹਦੇ ਵਿੱਚ ਇਹ ਨਹੀਂ ਆਉਣਗੇ ਨੈਕਸਟ ਹੈ ਫੋਕਸ ਔਨ ਏਮਸ ਇਹ ਜਿਹੜਾ ਆਪਣਾ ਧਿਆਨ ਹੈ ਉਹ ਏਮਸ ਦੇ ਉੱਪਰ ਲਗਾਉਂਦਾ ਏ ਉਹਦੇ ਉੱਪਰ ਕੇਂਦ੍ਰਿਤ ਕਰਦਾ ਏ ਤੇ ਵਿਦਿਆਰਥੀਆਂ ਨੂੰ ਇਧਰ ਉਧਰ ਭਟਕਣ ਨਹੀਂ ਦਿੰਦਾ ਨੈਕਸਟ ਆ ਪ੍ਰੋਪਰ ਯੂਟਿਲਾਈਜੇਸ਼ਨ ਆਫ ਟਾਈਮ ਐਂਡ ਐਫਰਟਸ ਇਹ ਜਿਹੜਾ ਟਾਈਮ ਹੈ ਤੇ ਜਿਹੜੇ ਐਫਰਟਸ ਨੇ ਇਹਨਾਂ ਦੇ ਯੋਗ ਵਰਤੋਂ ਕਰਕੇ ਵੀ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਂਦਾ ਏ ਨੈਕਸਟ ਆ ਪੋਸਿਬਿਲਟੀ ਆਫ ਸਕਸੈਸ ਮੀਨਸ ਸਫਲਤਾ ਦੀ ਪੋਸਿਬਿਲਟੀ ਹੁਣ ਇਹਦੇ ਨਾਲ ਮੀਨਸ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੰਭਾਵਨਾ ਸਫਲਤਾ ਦੇ ਵਿੱਚ ਉਹ ਲਿਆਉਣ ਦੇ ਲਈ ਵੀ ਇਹ ਐਫਰਟਸ ਕਰਦਾ ਹੈ ਤਾਂ ਜੋ ਜਿਹੜੇ ਸਾਰੇ ਬੱਚੇ ਨੂੰ ਸਕਸੈਸ ਪ੍ਰਾਪਤ ਕਰ ਸਕਣ ਉਹਦੀ ਸੰਭਾਵਨਾ ਨੂੰ ਯਕੀਨੀ ਬਣਾਉਂਦਾ ਹੈ ਐਸਟੈਬਲਿਸ਼ਮੈਂਟ ਆਫ ਗੁੱਡ ਰਿਲੇਸ਼ਨਸ ਐਂਡ ਕਮਿਊਨੀਕੇਸ਼ਨ ਇਹ ਜਿਹੜੇ ਵੀ ਪ੍ਰੋਜੈਕਟ ਨੇ ਕੋਈ ਵੀ ਕੰਮ ਨੇ ਉਹਨਾਂ ਦੇ ਵਿਚਕਾਰ ਇੱਕ ਵਧੀਆ ਕਮਿਊਨੀਕੇਸ਼ਨ ਤੇ ਜਿਹੜਾ ਸਹਿਯੋਗ ਹੈ ਉਸਬੰਧ ਇਸ ਤਰ੍ਹਾਂ ਦੇ ਸਥਾਪਿਤ ਕਰਦਾ ਹੈ ਜਿਸ ਨਾਲ ਜਿਹੜੇ ਵਿਦਿਆਰਥੀ ਨੇ ਉਹ ਵਧੀਆ ਤਰੀਕੇ ਦਾ ਸਿੱਖ ਸਕਦੇ ਆ ਮੀਨ ਚੰਗੇ ਰਿਲੇਸ਼ਨ ਟੀਚਰ ਤੇ ਸਟੂਡੈਂਟ ਦੇ ਵਿਚਕਾਰ ਕਮਿਊਨੀਕੇਸ਼ਨ ਇਹ ਵੀ ਟੀਚਰ ਤੇ ਸਟੂਡੈਂਟ ਦੇ ਵਿਚਕਾਰ ਇਹਨੂੰ ਵਧੀਆ ਤਰੀਕੇ ਨਾਲ ਐਸਟੈਬਲਿਸ਼ ਕਰਦਾ ਹੈ ਸਥਾਪਿਤ ਕਰਦਾ ਹੈ ਤਾਂ ਜੋ ਵਿਦਿਆਰਥੀ ਵਧੀਆ ਸਿੱਖ ਸਕਣ ਕਾਮਨ 올 ਰౌండ్ এডੂਕੇਸ਼ਨ ਇਹ ਜਿਹੜਾ ਹੋਰ ਕਰਿਕੂਲਮ ਹੈ ਸਾਰੇ ਹੀ ਵਿਦਿਆਰਥੀਆਂ ਦੇ ਲਈ ਸਾਂਝੀ ਜਿਹੜੀ 올 ਰౌండ్ ਮਿੰਜ ਸਰਵਪੱਖੀ ਸਿੱਖਿਆ ਪ੍ਰਦਾਨ ਕਰਦਾ ਏ ਇਹ ਜਿਹੜੀ ਸਾਂਝੀ ਤੇ ਸਰਵਪੱਖੀ ਐਜੂਕੇਸ਼ਨ ਹੈ ਸਿਖਿਆਰਥੀਆਂ ਨੂੰ ਆਪਣੀ ਸੋਸਾਇਟੀ ਦੇ ਵਿੱਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਐਕਟਿਵ ਹੋਣ ਦੇ ਵਿੱਚ ਕੰਮ ਕਰਨ ਦੇ ਵਿੱਚ ਜਿਹੜੀ ਸਹਾਇਤਾ ਉਹ ਕਰਦੀ ਹੈ ਨੈਕਸਟ ਹੈ ਡਿਵੈਲਪਮੈਂਟ ਆਫ ਹਾਈ ਰਿਫਲੈਕਟਿਵ ਸਕਿਲਸ ਇਹ ਵਿਦਿਆਰਥੀਆਂ ਦੇ ਵਿੱਚ ਜਿਹੜੇ ਉੱਚ ਪੱਧਰੀ ਚਿੰਤਨ ਸਕਿਲਸ ਨੇ ਕੌਸ਼ਲਸ ਨੇ ਉਹਨਾਂ ਦਾ ਵਿਕਾਸ ਵੀ ਕਰਦਾ ਹੈ ਪ੍ਰੋਵਾਈਡਸ ਹਾਈ ਮੋਬਿਲਿਟੀ ਇਹ ਵਿਦਿਆਰਥੀਆਂ ਨੂੰ ਜਿਹੜੀ ਉੱਚ ਗਤੀਸ਼ੀਲਤਾ ਹੈ ਉਹ ਵੀ ਪ੍ਰੋਵਾਈਡ ਕਰਦਾ ਹੈ ਪ੍ਰਦਾਨ ਕਰਦਾ ਹੈ ਜਦੋਂ ਉਹ ਇਸ ਜਿਹੜਾ ਕਾਮਨ ਆਲ ਰਾਉਂਡ ਐਜੂਕੇਸ਼ਨ ਹੈ ਕਿਸੇ ਵੀ ਸਟੇਟ ਤੋਂ ਕਿਸੇ ਦੂਸਰੇ ਸਟੇਟ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਹਾਈ ਮੋਬਿਲਿਟੀ ਉਹ ਪ੍ਰੋਵਾਈਡ ਕਰਦਾ ਹੈ ਟੀਚਰ ਕੋਆਪਰੇਸ਼ਨ ਐਂਡ ਵੋਕੇਸ਼ਨਲ ਡਿਵੈਲਪਮੈਂਟ ਹੁਣ ਇਹਨੇ ਕਈ ਮੈਥਡਸ ਦੇ ਨਾਲ ਕਈ ਢੰਗਾਂ ਦੇ ਨਾਲ ਜਿਹੜਾ ਅਧਿਆਪਕ ਸਹਿਯੋਗ ਹੈ ਤੇ ਜਿਹੜੀ ਵੋਕੇਸ਼ਨਲ ਡਵੈਲਪਮੈਂਟ ਹੈ ਇਹਦੇ ਵੀ ਵਿਕਾਸ ਨੂੰ ਅੱਗੇ ਵਧਾਇਆ ਹੈ ਮੀਨਸ ਕੋਆਪਰੇਸ਼ਨ ਟੀਚਰ ਦੀ ਆਪਸ ਦੇ ਵਿੱਚ ਟੀਚਰ ਦੀ ਆਪਣੇ ਕਿੱਤੇ ਦੇ ਨਾਲ ਤੇ ਨਾਲ ਨਾਲ ਜਿਹੜੀ ਵੋਕੇਸ਼ਨਲ ਡਵੈਲਪਮੈਂਟ ਹੈ ਇਹਦਾ ਵਿਕਾਸ ਵੀ ਕੀਤਾ ਹੈ ਨੈਕਸਟ ਹੈ ਅਕੈਡੈਮਿਕ ਐਂਡ ਨਾਨ ਅਕੈਡੈਮਿਕ ਐਕਟੀਵਿਟੀਆਂ ਹੁਣ ਜਿਹੜਾ ਕੋਰ ਕਰਿਕੂਲਮ ਹੈ ਉਹ ਸਿਰਫ ਕਲਾਸਰੂਮ ਤਾਂ ਕਿ ਲਿਮਿਟ ਲਿਮਿਟਡ ਨਹੀਂ ਹੁੰਦਾ ਇਹਨੂੰ ਕੰਪਲੀਟ ਕਰਨ ਦੇ ਲਈ ਜਿਹੜੀਆਂ ਅਕਾਡੈਮਿਕ ਤੇ ਜਿਹੜੀਆਂ ਨਾਨ ਅਕਾਡੈਮਿਕ ਨੇ ਫਾਰਮਲ ਤੇ ਜਿਹੜੀਆਂ ਨਾਨ ਫਾਰਮਲ ਐਕਟੀਵिटीज ਨੇ ਉਹ ਸਾਰੀਆਂ ਹੀ ਇਹਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਨੈਕਸਟ ਟਾਈਮ ਫੋਕਸ ਔਨ ਡਿਸਕਸ਼ਨ ਐਂਡ ਗਰੁੱਪ ਪ੍ਰੋਬਲਮ ਸੋਲਵਿੰਗ ਮੈਥਡ ਇਹਦਾ ਜਿਹੜਾ ਮੋਰ ਜੋਰ ਹੈ ਜਿਹੜਾ ਸਟ੍ਰੈਸ ਹੈ ਏਮਫਸਿਸ ਹੈ ਉਹ ਡਿਸਕਸ਼ਨ ਮੀਨਜ਼ ਵਿਚਾਰ ਚਰਚਾ ਗਰੁੱਪ ਪ੍ਰੋਬਲਮ ਸੋਲਵਿੰਗ ਮੈਥਡ ਮੀਨਜ਼ ਜਿਹੜੀ ਸਮੂਹ ਦੀ ਸਮੱਸਿਆ ਦਾ ਹੱਲ ਲੱਭਣ ਵਾਲੀ ਵਿਧੀ ਹੈ ਉਹਦੇ ਉੱਪਰ ਇਹ ਜ਼ਿਆਦਾ ਜ਼ੋਰ ਦਿੰਦਾ ਹੈ ਨੈਕਸਟ ਆ ਫੋਕਸ ਔਨ ਪੀਪਲਸ ਪ੍ਰੋਬਲਮ ਇਹ ਧਿਆਨ ਦਾ ਕੇਂਦਰ ਇਹਦੇ ਵਿੱਚ ਬੱਚਾ ਹੁੰਦਾ ਹੈ ਭਾਵ ਉਹਦੀਆਂ ਜਿਹੜੀਆਂ ਲੋੜਾਂ ਨੇ ਉਹ ਜਿਹੜੇ ਐਕਸਪੀਰੀਅੰਸ ਨੇ ਉਹਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਦੇ ਉੱਪਰ ਕੋਰ ਕਰਿਕੂਲਮ ਦੇ ਦੁਆਰਾ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਨੈਕਸਟ ਹੈ ਡਿਵੈਲਪਮੈਂਟ ਆਫ ਅਸਥੈਟਿਕ ਵੈਲਿਊਜ਼ ਤੇ ਅਗਲੀ ਜਿਹੜੀ ਬੈਨੀਫਿਟ ਹੈ ਉਹ ਇਹ ਹੈ ਕਿ ਇਹ ਵਿਦਿਆਰਥੀਆਂ ਦੇ ਵਿੱਚ ਇੰਟੈਲੈਕਚੁਅਲ ਲੈਵਲ ਵੀ ਉਹਨਾਂ ਦਾ ਡਿਵੈਲਪ ਕਰਦਾ ਹੈ ਜਿਹੜੀ ਕਲਚਰਲ ਲਿਟਰੇਸੀ ਹੈ ਉਹਨੂੰ ਵੀ ਵਿਕਸਿਤ ਕਰਦਾ ਹੈ ਤੇ ਨਾਲ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਅਸਥੈਟਿਕ ਵੈਲਿਊਜ਼ ਦਾ ਵੀ ਵਿਕਾਸ ਕਰਦਾ ਹੈ ਅਸਥੈਟਿਕ ਵੈਲਿਊਜ਼ ਮੀਨਸ ਜਿਹੜੀਆਂ ਸੰਗਰਾਤਮਕ ਸੰਵੇਦਨਾ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਮੀਨਸ ਕਿਸੇ ਚੀਜ਼ ਨੂੰ ਐਪਰੀਸ਼ੀਏਟ ਕਰਨਾ ਨੈਕਸਟ ਹੈ ਕੰਟੈਂਟ ਫਰੋਮ ਕਾਮਨ ਇੰਡੀਵਿਜੂਅਲ ਐਂਡ ਸੋਸ਼ਲ ਨੀਡਸ ਹੁਣ ਜਿਹੜਾ ਕੋਰ ਕਰਿਕੂਲਮ ਹੈ ਇਹਦੀ ਜਿਹੜੀ ਸਮਗਰੀ ਹੈ ਇਹਦਾ ਜਿਹੜਾ ਕੰਟੈਂਟ ਹੈ ਉਹ ਸਾਂਝੀਆਂ ਵਿਅਕਤੀਗਤ ਜਿਹੜੀਆਂ ਸਮਾਜਿਕ ਲੋੜਾਂ ਨੇ ਕਾਮਨ ਮੀਨਸ ਸਾਂਝੀਆਂ ਇੰਡੀਵਿਜੂਅਲ ਵਿਅਕਤੀਗਤ ਸੋਸ਼ਲ ਨੀਡਸ ਮੀਨ ਜਿਹੜੀਆਂ ਸਮਾਜਿਕ ਲੋੜਾਂ ਇਹਨਾਂ ਇਨ੍ਹਾਂ ਦੇ ਵਿੱਚੋਂ ਹੀ ਜਿਹੜਾ ਇਹ ਕੰਟੈਂਟ ਹੈ ਉਹ ਲਿਆ ਜਾਂਦਾ ਹੈ ਹੁਣ ਅਸੀਂ ਕਰਾਂਗੇ ਡੀਮੈਰਿਟਸ ਆਫ ਕੋਰ ਕਰਿਕੂਲਮ ਜਿਹੜਾ ਕੋਰ ਕਰਿਕੂਲਮ ਹੈ ਇਹਦੀਆਂ ਕਿਹੜੀਆਂ-ਕਿਹੜੀਆਂ ਕਮੀਆਂ ਨੇ ਕਿਹੜੇ-ਕਿਹੜੇ ਇਹਦੇ ਔਗੁਣ ਨੇ ਫਰਸਟ ਹੈ ਅੰਡਰਮਾਈਨਿੰਗ ਲੈਂਗੁਇਸਟਿਕ ਸਕਿਲਸ ਹੁਣ ਜੇਕਰ ਅਸੀਂ ਇੰਡੀਆ ਦੀ ਗੱਲ ਕਰੀ ਤਾਂ ਇਹਦੇ ਵਿੱਚ ਕੋਈ ਹੀ ਜਿਹੜਾ ਪਾਠਕਰਮ ਹੈ ਕਰਿਕੂਲਮ ਮੇ ਅਜਾ ਹੋਵੇਗਾ ਜਿਹੜਾ ਕਿ ਵਿਦਿਆਰਥੀਆਂ ਦੀ ਜਿਹੜੀ ਲਿੰਗੁਇਸਟਿਕ ਸਕਿੱਲ ਹੈ ਉਹਦੇ ਸੁਧਾਰ ਉੱਪਰ ਜ਼ੋਰ ਦਿੰਦਾ ਹੋਏਗਾ ਜੇਕਰ ਅਸੀਂ ਨਾਰਮਲੀ ਦੇਖੀਏ ਤਾਂ ਸਾਡੇ ਦੇਸ਼ ਦੇ ਵਿੱਚ ਜਿਹੜਾ ਇੰਗਲਿਸ਼ ਸਪੀਕਿੰਗ ਦਾ ਲੈਵਲ ਹੈ ਬਹੁਤ ਹੀ ਜ਼ਿਆਦਾ ਨੀਵਾ ਹੈ ਤੇ ਆਪਣੇ ਸਾਊਥ ਦੇ ਵਿੱਚ ਜਿਹੜੀ ਹਿੰਦੀ ਹੈ ਉਹ ਪੜਾਉਣ ਦੀ ਜਿਹੜੀ ਸਿੱਖਣ ਦੀ ਸ਼ੈਲੀ ਸਟਾਈਲ ਹੈ ਉਹ ਵੀ ਠੀਕ ਨਹੀਂ ਹੈ ਤੇ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਉਹਨਾਂ ਨੂੰ ਵੀ ਨਾਲ ਦੇ ਇਰਾਕਿਆਂ ਦੇ ਵਿੱਚ ਸਹੀ ਢੰਗ ਦੇ ਨਾਲ ਪੜਾਇਆ ਨਹੀਂ ਜਾ ਰਿਹਾ ਇਸ ਕਰਕੇ ਅਸੀਂ ਇੱਕ ਐਸਨ ਵੀ ਦੇ ਵਿੱਚ ਜਿਹੜੀਆਂ ਲੈਂਗੁਇਸਟਿਕ ਸਕਿਲਸ ਨੇ ਉਹਨਾਂ ਨੂੰ ਬਹੁਤ ਹੀ ਜਿਹੜਾ ਨਿਮਨ ਸਥਾਨ ਹੈ ਉਹ ਪ੍ਰੋਵਾਈਡ ਕੀਤਾ ਗਿਆ ਹੈ ਅੰਡਰਮਾਈਨਿੰਗ ਹੁੰਦਾ ਹੈ ਨੀਵਾ ਸਥਾਨ ਦੇਣਾ ਲੈਂਗੁਆਜਿਸਟਿਕ ਸਕਿਲਸ ਨੂੰ ਲੈਂਗੁਏਜ ਮੀਨਸ ਭਾਸ਼ਾਈ ਸਕਿਲਸ ਹੁੰਦਾ ਕੌਸ਼ਲ ਭਾਸ਼ਾਈ ਕੌਸ਼ਲਾਂ ਨੂੰ ਨਿਮਨ ਸਥਾਨ ਇਹਦੇ ਵਿੱਚ ਦਿੱਤਾ ਗਿਆ ਹੈ ਮੀਨਸ ਕੋਈ ਜਿਹੜੀ ਇੰਪੋਰਟੈਂਸ ਹੈ ਉਹ ਨਹੀਂ ਦਿੱਤੀ ਗਈ ਲੈਕ ਆਫ ਏਮਫਸਿਸ ਔਨ ਕੋ ਕਰਿਕੂਲਰ ਐਕਟੀਵिटीज ਜਿਹੜੀਆਂ ਪਾਰਟਸ ਹੈ ਕਿਰਾਵਾ ਨੇ ਉਹਨਾਂ ਉੱਪਰ ਵੀ ਜਿਹੜਾ ਘੱਟ ਜ਼ੋਰ ਹੈ ਇਹਦੇ ਵਿੱਚ ਦਿੱਤਾ ਗਿਆ ਹੈ ਬਹੁਤਾ ਜਿਹੜਾ ਜੋਰ ਆਉ ਉਹ ਕਲਾਸਰੂਮ ਦੇ ਅੰਦਰ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਤੇ ਹੀ ਜੋਰ ਦਿੱਤਾ ਜਾਂਦਾ ਹੈ ਕਿ ਕੀ ਪੜ੍ਹਨਾ ਹੈ ਜਿਹੜੀਆਂ ਬਾਹਰ ਲੀਆਂ ਕਿਰਾਵਾਂ ਹੁੰਦੀਆਂ ਨੇ ਕਲਾਸ ਤੋਂ ਤੇ ਜੋ ਕੋਰ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਕੋਈ ਬਹੁਤੀ ਪਲੇਸ ਹੈ ਵਧੀਆ ਉਹ ਨਹੀਂ ਦਿੱਤੀ ਗਈ মুਵ ਟੂ ਅਨਡਿਜ਼ਾਇਡ ਡਾਇਰੈਕਸ਼ਨ ਅਨਲੋਡਿੰਗ ਦੀ ਦਿਸ਼ਾ ਵੱਲ ਚਲਣਾ ਹੁਣ ਜਿਹੜਾ ਕੋਰ ਕਰਿਕੂਲਮ ਹੈ ਉਹਦੇ ਜਿਹੜੇ ਰਿਜ਼ਲਟਸ ਨੇ ਕਈ ਵਾਰ ਬੱਚਿਆਂ ਨੂੰ ਉਹਨਾਰੇ ਜਿਹੜੇ ਸਬਜੈਕਟਸ ਨੇ ਤੇ ਕੋਰਸ ਨੇ ਉਹਨਾਂ ਵੱਲ ਧੱਕਾ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਦੀ ਜਿਹੜੀ ਕੋਈ ਰੁਚੀ ਐ ਕੋਈ ਇੰਟਰਸਟ ਐ ਨਹੀਂ ਹੁੰਦਾ ਹੁਣ ਜਦੋਂ ਜਿਹੜੇ ਵਿਦਿਆਰਥੀ ਨੇ ਆਪਣੇ ਕੋਰਸ ਨੂੰ ਗਲਤ ਚੂਜ਼ ਕਰ ਲੈਂਦੇ ਨੇ ਤਾਂ ਉਹਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਆਪਣੀ ਲਾਈਫ ਟਾਈਮ ਇਹ ਹੀ ਦੇਖਦੇ ਰਹਿੰਦੇ ਨੇ ਕਿ ਅਸੀਂ ਉਹ ਕੋਰਸ ਉਸ ਟਾਈਮ ਗਲਤ ਕਿਉਂ ਚੁਣਿਆ ਕਿਉਂਕਿ ਅੱਜਕੱਲ ਕੀ ਹੁੰਦਾ ਵੀ ਜਿਹੜੇ ਪੇਰੈਂਟਸ ਨੇ ਉਹ ਬੱਚਿਆਂ ਦੇ ਉੱਪਰ ਥੋਕਦੇ ਨੇ ਥੋਪਦੇ ਆ ਕਿ ਤੁਸੀਂ ਨੇ ਇਹ ਪੜ੍ਹਨਾ ਐ ਇਸ ਕਰਕੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਫਿਰ ਮੁਸ਼ਕਿਲ ਆਉਂਦੀ ਐ ਨੈਕਸਟ ਡਿਫਿਕਲਟੀ ਇਨ ਕੰਟੈਂਟ ਸਿਲੈਕਸ਼ਨ ਜਿਹੜਾ ਵਿਸ਼ੇ ਸਮਗਰੀ ਲਈ ਚੋਣ ਹੈ ਉਹ ਵੀ ਬਹੁਤ ਇਹਦੇ ਵਿੱਚ ਮੁਸ਼ਕਲ ਹੈ ਮੀਨਸ ਕਿ ਦੇਖਿਆ ਜਾ ਕਿ ਕਿਸ ਤਰ੍ਹਾਂ ਦਾ ਜਿਹੜਾ ਕੰਟੈਂਟ ਆ ਉਹ ਸ਼ਾਮਿਲ ਕਰਨਾ ਹੈ ਤੇ ਉਹਨੂੰ ਚੂਜ਼ ਕਰਨ ਦੇ ਵਿੱਚ ਉਹਦੀ ਸਿਲੈਕਸ਼ਨ ਕਰਨ ਦੇ ਵਿੱਚ ਵੀ ਜਿਹੜੀ ਬਹੁਤ ਕਠਿਨਾਈ ਹੈ ਉਹ ਸਾਹਮਣਾ ਉਹਦਾ ਕਰਨਾ ਪੈਂਦਾ ਹੈ ਨਾਟ ਪ੍ਰੋਵਾਈਡਸ ਅੈਸੈਂਸ਼ੀਅਲ ਕੰਟੈਂਟਸ ਇਹ ਕਈ ਵਾਰ ਇਹ ਹੁੰਦਾ ਹੈ ਵੀ ਇਹਦੇ ਵਿੱਚ ਜਿਹੜਾ ਜ਼ਰੂਰੀ ਸਮਗਰੀ ਹੈ ਜਿਹੜਾ ਅਸੈਂਸ਼ੀਅਲ ਕੰਟੈਂਟ ਹੈ ਉਹ ਪ੍ਰੋਵਾਈਡ ਨਹੀਂ ਕਰਦਾ ਹੁੰਦਾ ਨੈਕਸਟ ਹੈ ਇਵੈਲੂਏਸ਼ਨ ਇਫੈਕਟਸ ਅਚੀਵਮੈਂਟਸ ਆਫ ਪਿਪਲਸ ਹੁਣ ਜਿਹੜਾ ਮੁਲਾਂਕਣ ਹੈ ਜਿਹੜਾ ਇਵੈਲੂਏਸ਼ਨ ਕੀਤਾ ਜਾਂਦਾ ਬੱਚਿਆਂ ਦਾ ਉਹ ਵੀ ਕਈ ਵਾਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਅਚੀਵਮੈਂਟਸ ਨੂੰ ਪ੍ਰਭਾਵਿਤ ਕਰਦਾ ਏ ਮੀਨਸ ਜਿਹੜੇ ਵਿਦਿਆਰਥੀ ਨੇ ਹੋਸਾਰਾ ਉਹਨਾਂ ਦੀ ਜਿਹੜੀ ਇਵੈਲੂਏਸ਼ਨ ਆ ਉਹ ਸਹੀ ਤਰੀਕੇ ਨਾਲ ਨਾ ਕੀਤੀ ਜਾ ਸਕੇ ਸੈਕੰਡਰੀ ਰੋਲ ਆਫ ਟੀਚਰ ਹੁਣ ਇਹਦੇ ਵਿੱਚ ਜਿਹੜਾ ਅਧਿਆਪਕ ਹੈ ਉਹਦੀ ਜਿਹੜੀ ਭੂਮਿਕਾ ਹੈ ਉਹਦਾ ਜਿਹੜਾ ਰੋਲ ਹੈ ਉਹਨੂੰ ਸੈਕੰਡਰੀ ਮੰਨਿਆ ਗਿਆ ਹੈ ਸੈਕੰਡਰੀ मींस ਦੂਸਰੇ ਨੰਬਰ ਤੇ ਗੋਣ ਪ੍ਰਾਇਮਰੀ ਨੰਬਰ ਤੇ ਕੌਣ ਆਏਗਾ ਬੱਚੇ ਜਰਕੇ ਸਾਰਾ ਜਿਹੜਾ ਕੰਮ ਹੈ ਉਹ ਟੀਚਰ ਨੇ ਦੇਖਣਾ ਹੁੰਦਾ ਬਟ ਇਹਨੂੰ ਇਹਦੇ ਵਿੱਚ ਜਿਹੜਾ ਸੈਕੰਡਰੀ ਰੋਲ ਦਿੱਤਾ ਗਿਆ ਹੈ ਟੀਚਰ ਨੂੰ ਲੈਕ ਆਫ ਸਿਸਟੈਮੈਟਿਕ ਨੋਲੇਜ ਹੁਣ ਇਹਦੇ ਵਿੱਚ ਜਿਹੜਾ ਗਿਆਨ ਪ੍ਰੋਵਾਈਡ ਕੀਤਾ ਗਿਆ ਹੈ ਹੁਣ ਕਈ ਵਾਰ ਉਹ ਜਿਹੜਾ ਸਿਸਟੇਮੈਟਿਕਲੀ ਹੈ ਉਹ ਨਹੀਂ ਦਿੱਤਾ ਜਾਂਦਾ ਮੀਨਸ ਸਿਸਟਮ ਦੇ ਨਾਲ ਅਪਲਾਈ ਨਹੀਂ ਕੀਤਾ ਜਾਂਦਾ ਉਹਦੇ ਅਕੋਰਡਿੰਗ ਜਿਹੜਾ ਕਰਿਕੂਲਮ ਹੈ ਉਹ ਡਿਜ਼ਾਈਨ ਨਹੀਂ ਕੀਤਾ ਜਾਂਦਾ ਨੈਕਸਟ ਹੈ ਲੈਕ ਆਫ ਐਕਸਪਰਟਸ ਜਿਹੜੇ ਐਕਸਪਰਟਸ ਨੇ ਮਾਹਿਰ ਨੇ ਉਹਨਾਂ ਦੀ ਵੀ ਕਮੀ ਹੈ ਕਿਉਂਕਿ ਜਿਨ੍ਹਾਂ ਨੇ ਕੋਰ ਕਰਿਕੂਲਮ ਨੂੰ ਡਿਜ਼ਾਈਨ ਕਰਨਾ ਹੈ ਉਹ ਇਸ ਫੀਲਡ ਦੇ ਵਿੱਚ ਬਹੁਤ ਘੱਟ ਐਕਸਪਰਟ ਨੇ lack of capability in teachers ਫੇ ਸਾਨੂੰ ਟੀਚਰ ਵੀ ਕੈਪੇਬਲ ਚਾਹੀਦੇ ਨੇ ਜਿਹੜੇ ਕਿ ਕੋਰ ਕਰਿਕੂਲਮ ਨੂੰ ਸਹੀ ਤਰੀਕੇ ਨਾਲ ਪੜਾ ਸਕਣ ਇਸ ਕਰਕੇ ਜਿਹੜੀ ਟੀਚਰ ਦੇ ਵਿੱਚ ਕੈਪੇਬਿਲਟੀ ਹੈ ਉਹਦੀ ਵੀ ਸਾਨੂੰ ਜਿਹੜੀ ਘਾਟ ਉਹ ਮਹਿਸੂਸ ਹੋ ਰਹੀ ਹੈ ਡਿਫਿਕਲਟੀ ਟੂ ਫਾਈਂਡ ਡਿਫਿਕਲਟੀ ਟੂ ਫਾਈਂਡ ਸੂਟੇਬਲ ਪ੍ਰੋਬਲਮ ਕਈ ਵਾਰ ਇਹ ਵੀ ਹੁੰਦਾ ਹੈ ਕਿ ਕਿਸੇ ਵੀ ਜਿਹੜੀ ਮੈਨਸ ਗੱਲ ਇਹਦੇ ਵਿੱਚ ਕੀਤੀ ਹੈ ਕਿ ਇਹ ਸਮੱਸਿਆ ਦੇ ਉੱਪਰ ਅਧਾਰਿਤ ਹੁੰਦਾ ਹੈ ਕੋਰ ਕਰਿਕੂਲਮ ਮੀਨ ਕੋਈ ਸਮੱਸਿਆ ਇਹਦੇ ਚ ਲਈ ਜਾਂਦੀ ਹੈ ਬਟ ਕਈ ਵਾਰ ਇਹ ਹੁੰਦਾ ਹੈ ਕਿ ਜਿਹੜੀ ਸੂਟੇਬਲ ਪ੍ਰੋਬਲਮ ਹੁੰਦੀ ਹੈ ਸਹੀ ਸਮੱਸਿਆ ਹੁੰਦੀ ਹੈ ਉਹਨੂੰ ਲੱਭਣ ਦੇ ਵਿੱਚ ਜਿਹੜੀ ਮੁਸ਼ਕਿਲ ਹੈ ਉਹ ਆਉਂਦੀ ਹੈ ਕਈ ਵਾਰ ਸਹੀ ਤਰੀਕੇ ਨਾਲ ਜਿਹੜੀ ਮੁਸ਼ਕਿਲ ਹੈ ਉਹਨੂੰ ਲੱਭਿਆ ਨਹੀਂ ਜਾਂਦਾ ਲੈਕ ਆਫ ਇੰਟੀਗ੍ਰੇਸ਼ਨ ਇਹਦੇ ਵਿੱਚ ਜਿਹੜਾ ਇੰਟੀਗ੍ਰੇਸ਼ਨ ਹੈ ਇੰਟੀਗ੍ਰੇਸ਼ਨ ਮੀਨਸ ਇਕੀਕਰਨ ਜਿਹੜਾ ਕੋਰ ਕਰਿਕੂਲਮ ਹੈ ਇਹਦੇ ਵਿੱਚ ਇਕੀਕਰਨ ਦੀ ਵੀ ਕਮੀ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਵੀ ਤੁਹਾਡੇ ਲਈ ਹੈਲਪਫੁਲ ਹੋਏਗੀ Thanks for watching.